ਤੁਸੀਂ ਇੱਕ ਚੈਲੰਜ ਵੀ ਗੱਲ ਕਰ ਦਿੱਤਾ ਸੀਗਾ ਕਿਉਂਕਿ ਉਹ ਰੰਗਰੇਟਾ ਸਾਹਿਬ ਕਹਿੰਦੇ ਆ ਵੀ ਹਾਂ ਮੈਂ ਕਾਫੀ ਟ੍ਰੇਨਿੰਗ ਲਈ ਹੋਈ ਆ ਮੇਰੇ ਜ਼ੋਰ ਜਿਹੜਾ 18 ਸਾਲ ਦੇ ਨੌਜਵਾਨ ਵਰਗਾ ਜ਼ੋਰ ਆ ਮੇਰੇ 'ਚ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਐਫੀਡੇਵਿਟ ਮੈਂ ਲੈ ਕੇ ਆਊਂਗਾ ਉਸ ਐਫੀਡੇਵਿਟ ਉੱਪਰ ਇਹ ਲਿਖਣਾ ਵਾ ਤੇਰੀ ਮੌਤ ਦਾ ਜ਼ਿੰਮੇਵਾਰ ਤੂੰ ਤੇ ਮੇਰੀ ਮੌਤ ਦਾ ਜ਼ਿੰਮੇਵਾਰ ਮੈਂ ਜੇ ਤੂੰ ਮੇਰੇ ਨਾਲ 3 ਤੋਂ 4 ਮਿੰਟ ਖੜ ਗਿਆ ਗਰਾਊਂਡ ਦੇ ਵਿੱਚ 3 ਤੋਂ 4 ਮਿੰਟ ਤੂੰ ਆਪਣੀਆਂ ਲੱਤਾਂ ਤੇ ਖੜਾ ਰਹਿ ਗਿਆ ਤੇ ਸੁਖਿੰਦਰ ਸਿੰਘ ਆਪਣਾ ਮੂੰਹ ਕਾਲਾ ਆਪ ਕਰਕੇ ਪੂਰੇ ਲੁਧਿਆਣੇ ਵਿੱਚ ਘੁੰਮੂਗਾ ਗਾਣਿਆਂ ਫਿਲਮਾਂ 'ਚ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਲੱਤਾਂ ਦੀ ਉਲਟੀ ਨਿਕਲ ਗਈ ਸੀ ਤੇ ਉਲਟੀ ਨਿਕਲ ਗਈ ਸੀ ਵਿੱਚ ਹੀ ਜਾਂ ਤਾਂ ਇਹਦੇ ਪਿੱਛੇ ਕੋਈ ਹੈ ਜਾਂ ਬੰਦਾ ਇਹ ਨਾ ਸਮਝਿਆ ਤੇ ਜਾਂ ਜਾਣਬੁੱਝ ਕੇ ਕਰਦਾ ਇਹ ਗੱਲ ਕਰਦਾ ਹਮੇਸ਼ਾ ਜੱਟਵਾਦ ਦੀ ਜੱਟ ਹੰਕਾਰੀ ਇਹਨਾਂ ਜੇ ਕੀਤਾ ਨਾ ਮਿਲੀਆਂ ਨਾ ਭੂਆ ਦਿੱਤੀਆਂ ਇਹ ਲਫ਼ਜ਼ ਬੋਲਦਾ ਬੰਦਾ ਹੈ ਉਹਦੇ ਗੱਲ 'ਚ ਸੰਗ 24 ਘੰਟੇ ਕੁਝ ਹੀ ਫਸੀ ਹੁੰਦੀ ਹੈ ਜੱਟ 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 ਤੇ ਬਸ ਜੱਟ ਕੋਈ ਕੁਛ ਨਹੀਂ ਇਹ ਕਹਿੰਦਾ ਮੈਂ ਰਗਰੇਟਾਂ ਅਤੇ ਉਹ 24 ਘੰਟੇ ਜੱਟਾਂ ਦੀਆਂ ਧੀਆਂ ਭਾਣੇ ਚੁੱਲ੍ਹੇ ਸੌਂਦਾ ਰਹਿੰਦਾ ਇਹਨਾਂ ਦਾ ਤੇ 4-5 ਸਾਲ ਪਹਿਲਾਂ ਗਿਆ ਸੀ ਵਿਸਾਖੀ 'ਤੇ ਮੈਂ 10,000 ਬੰਦਾ ਲੈ ਕੇ ਅਤੇ ਜਾ ਕੇ ਅੰਮ੍ਰਿਤ ਛਕਾਉਣਾ ਸ਼ਾਇਦ ਤੁਸੀਂ ਸੁਣਿਆ ਹੋਵੇ ਕਾਫੀ ਵੀਡੀਓ ਵਾਇਰਲ ਹੋਈ ਜਾਂਦੀ ਕਿੱਥੇ ਦਾ 10,000 ਬੰਦਾ ਹੋ 49 ਸਾਲ ਦੀ ਮੇਰੀ ਉਮਰ ਹੋ ਗਈ ਆ ਪਰ 17 ਸਾਲ ਦੇ ਮੁੰਡੇ ਦਾ ਜੋਸ਼ ਆ ਤਿਆਰੀ ਦੇ ਵਿੱਚ ਪੂਰਾ ਰਹਿਣਾ ਆ ਮਾਰਸ਼ਲ ਆਰਟ ਦਾ ਪੂਰਾ ਮੈਂ ਖਿਡਾਰੀ ਆ ਤੂੰ ਕਿੰਨਾ ਵਾ ਧੌਣ 'ਚ ਫਾਨਾ ਕੱਢਣਾ ਵਾ ਇਹਦੇ ਕੱਢਣਾ ਵਾ ਉਹਦੇ ਕੱਢਣਾ ਵਾ ਫਾਨਾ ਧੌਣ 'ਚ ਕਿਹਦੇ ਫਸਿਆ ਇਹ ਸਾਰਿਆਂ ਨੂੰ ਪਤਾ ਮਿੱਤਰਾ ਤੂੰ ਕਿਹਾ ਸੀਗਾ ਕਿ ਮੈਂ 49 ਸਾਲ ਦਾ ਤੇ ਮੇਰੇ ਜੋਸ਼ ਹੈਗਾ 18 ਸਾਲਾਂ ਦੇ ਮੁੰਡੇ ਵਾਲਾ ਤੇ ਮੈਂ 100 ਬੰਦੇ ਦਾ ਮੁਕਾਬਲਾ ਕਰ ਸਕਦਾ ਮੈਂ ਮਾਰਸ਼ਲ ਆਰਟ ਜਾਣਦਾ ਤੂੰ 49 ਦਾ ਮੈਂ 53 ਦਾ ਤੁਸੀਂ ਜੱਟ ਕਿਉਂ ਕਹਿੰਦੇ ਆਪਣੇ ਆਪ ਨੂੰ ਇੱਕ ਬੰਦਾ ਕਹਿੰਦਾ ਮੈਂ ਕਮੋਲ ਸਿੰਘ ਆ ਕੋਈ ਗੱਲ ਨਹੀਂ ਠੀਕ ਆ ਕਮੋਲ ਕਮੋਲ ਸਿੰਘ ਆ ਇੱਕ ਮਹਾਜਨ ਆ ਇੱਕ ਪੰਡਿਤ ਆ ਉਹ ਕਹਿੰਦਾ ਪੰਡਿਤ ਆ ਠੀਕ ਆ ਪੰਡਿਤ ਆ ਇੰਨੀ ਪਰੇਸ਼ਾਨੀ ਕਿਹੜੀ ਗੱਲ ਦੀ ਹੁੰਦੀ ਜਿਸ ਤਰ੍ਹਾਂ ਬਾਕੀ ਕਾਸਟ ਆ ਉਸ ਤਰ੍ਹਾਂ ਜੱਟ ਹੀ ਕਾਸਟ ਆ ਕੱਲ੍ਹ ਮੈਨੂੰ ਉੱਥੋਂ ਲੁਧਿਆਣੇ ਕੋਈ ਬੰਦਾ ਫੋਨ ਆਇਆ ਕਹਿੰਦੇ ਇੱਥੇ ਕਵੇ ਪੀਸ਼ ਹੋਇਆ ਉਹ ਜਾ ਕੇ ਸਿਕਿਉਰਿਟੀ ਵਾਸਤੇ ਕਮਿਸ਼ਨ ਸਾਹਿਬ ਕਹਿੰਦੇ ਸ਼ਾਇਦ ਵੀ ਉਹ ਕਹਿੰਦੇ ਵੀ ਇਹ ਦੂਜਾ ਮੰਡ ਬੰਨ ਨੂੰ ਫਿਰਦਾ ਬਸ ਉਹ ਉਹੋ ਕੰਮ ਇਹਨੇ ਕਰਨਾ ਜੇ ਸਿਕਿਉਰਿਟੀ ਮਿਲ ਗਈ ਇਹ ਤੋਂ ਵੀ ਮਤਲਬ ਇਹ ਗਾਂ ਸਿਰੇ ਲੱਗ ਜੂਗਾ ਬੰਦਾ ਜਿਹੜੇ ਸਟੇਜਾਂ ਦੇ ਉੱਤੇ ਪੱਟਾਂ ਤੇ ਥਾਪੀਆਂ ਮਾਰਦੇ ਹੁੰਦੇ ਸੀ ਨਾ ਜਿਹੜੇ ਜਿਹੜੇ ਅਸਲੀਆਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਮੁੜ ਕੇ ਕੱਢਣ ਨਹੀਂ ਦਿੱਤਾ ਬਗਾਨੇ ਪੁੱਤਾਂ ਨੇ ਸਿੱਧੂ ਦਾ ਨਾਮ ਲੈਣਾ ਕਿਉਂ ਜ਼ਰੂਰੀ ਸੀ ਉਹਨੂੰ ਕੁਛ ਵਿੱਚ ਕਿਉਂ ਘਸੀਟੇਗਾ ਜ਼ਰੂਰ ਉਹ ਕਹਿੰਦੇ ਚਲੋ ਨਾਮ ਨਹੀਂ ਲਿਆ ਪਰ ਕਿਉਂ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ ਨਹੀਂ ਨਾਮ ਜੇ ਲੈਣਾ ਬਾਕੀ ਰਹਿ ਗਿਆ ਇਹ ਤਾਂ ਬੱਚੇ ਨੂੰ ਸਮਝਾ ਕੀ ਕਿਹਦੇ ਬਾਰੇ ਕੀ ਬੋਲ ਰਿਹਾ ਬੰਦਾ ਉਹ ਪਰ ਜਿਸ ਤਰ੍ਹਾਂ ਹੁਣ ਬੰਦਾ ਉਹ ਇੱਕੋ ਗੱਲ ਹੀ ਰੱਟੀ ਜਾਂਦਾ ਇੱਕੋ ਗੱਲ ਨੂੰ ਰੱਟੀ ਜਾਣ ਡਿਆ ਅਤੇ ਉਹ ਤੋਂ ਸਾਫ਼ ਜਿਹਾ ਲੱਗਦਾ ਵੀ ਬੰਦਾ ਵਾਕਿਆ ਹੀ ਕੋਈ ਨਾ ਕੁਛ ਕਰਨਾ ਚਾਹੁੰਦਾ ਹੈ ਆਪਣੀ ਕਾਸਟ ਨੂੰ ਪ੍ਰਮੋਟ ਕਰਦੇ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਜੇ ਤੁਸੀਂ ਜ਼ਮੀਨਾਂ ਦੀ ਗੱਲ ਕੀਤੀ ਹੈ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਮੀਨਾਂ ਦਿੱਤੀਆਂ ਸੀ ਘੇਰਾ ਪਿਆ ਰਿਹਾ ਤਾਂ ਜੱਟਾਂ ਨੇ ਉਸ ਸਮੇਂ ਕੋਈ ਸਾਥ ਨਹੀਂ ਦਿੱਤਾ ਇਹੋ ਜਿਹੀਆਂ ਗੱਲਾਂ ਕਰਦੇ ਨੇ ਇਹ ਕਹਿੰਦਾ ਜੱਟ ਮਾੜੇ ਮੈਂ ਕਹਿੰਦਾ ਹਰ ਕਾਸਟ ਦੇ ਵਿੱਚ ਹਰ ਧਰਮ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਮਾੜੇ ਲੋਕ ਵੀ ਹੁੰਦੇ ਜਦੋਂ ਕੋਈ ਯੁੱਧ ਕੋਈ ਲੜਾਈ ਕੋਈ ਧਰਮ ਦੀ ਚਾਹੇ ਕੋਈ ਕਿਸ ਦੇਸ਼ ਦੀ ਚੱਲਦੀ ਹੈ ਚਾਹੇ ਕੋਈ ਆਪਣੇ ਹੱਕ ਲੈਣ ਵਾਸਤੇ ਚੱਲਦੀ ਆ ਉੱਥੇ ਕਾਸਟ ਨਹੀਂ ਦੇਖੀ ਜਾਂਦੀ ਗਾਣਿਆਂ ਫਿਲਮਾਂ 'ਚ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਲੱਤਾਂ ਦੀ ਉਲਟੀ ਨਿਕਲ ਗਈ ਸੀ ਤੇ ਉਲਟੀ ਨਿਕਲ ਗਈ ਸੀ ਵਿੱਚ ਹੀ ਤਾਂ ਹੁਣ ਇਹ ਵੀ ਗੱਲ ਕਹੀ ਗਈ ਵੀ ਅਸਲੇ ਨੂੰ ਬੜੇ ਪ੍ਰਮੋਟ ਕਰਦੇ ਆ ਗਾਣੇ ਇਹੋ ਜਿਹੇ ਬਣਾ ਦਿੰਦੇ ਆ ਤਾਂ ਇਹੋ ਜਿਹੀਆਂ ਚੀਜ਼ਾਂ ਬੜੀਆਂ ਕਹੀਆਂ ਜਾਂਦੀਆਂ ਕੀ ਲਿਖਣ ਵਾਲੇ ਸਾਰੇ ਜੱਟ ਆ ਜਿਹੜੇ ਜੱਟਾਂ ਦੇ ਗਾਣੇ ਲਿਖਦੇ ਆ ਕੀ ਗਾਉਣ ਵਾਲੇ ਸਾਰੇ ਜੱਟ ਆ ਜਿਹੜੇ ਜੱਟਾਂ ਦੇ ਗਾਣੇ ਗਾਉਂਦੇ ਆ ਨਹੀਂ ਜਿੰਨੇ ਵੀਡੀਓ ਚੱਕਦੇ ਹੋਣੇ ਕੁੱਲ ਕਿਸੇ ਨੂੰ ਖੜਾ ਵੀਡੀਓ ਗੱਡੀ 'ਚ ਬੈਠਾ ਹੁੰਦਾ ਘਰ ਦੇ ਬਾਹਰ ਗੱਡੀ ਲਾ ਲੈਂਦਾ ਬੂਹੇ ਅੱਗੇ ਗੱਡੀ 'ਚ ਬਹਿ ਕੇ ਵੀਡੀਓ ਪਾਉਂਦਾ ਲੋਕਲਾਂ ਫਿਰ ਦਰਵਾਜ ਤੂੰ ਕਿੰਨਾ ਵਾ ਧੌਣ 'ਚ ਫਾਨਾ ਕੱਢਣਾ ਵਾ ਇਹਦੇ ਕੱਢਣਾ ਵਾ ਉਹਦੇ ਕੱਢਣਾ ਵਾ ਫਾਨਾ ਧੌਣ 'ਚ ਕਿਹਦੇ ਫਸਿਆ ਇਹ ਸਾਰਿਆਂ ਨੂੰ ਪਤਾ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਵਰਜੋਤ ਸਿੰਘ ਇਸ ਸਮੇਂ ਪੰਜਾਬ ਭਰ ਦੇ ਵਿੱਚ ਇੱਕ ਮੁੱਦਾ ਬਹੁਤ ਜ਼ਿਆਦਾ ਭਖਿਆ ਹੋਇਆ ਜਿਸ ਦੇ ਵਿੱਚ ਤੁਹਾਨੂੰ ਮੁੱਦਾ ਦੱਸ ਦਿੰਦੇ ਹਾਂ ਵੀ ਇੱਕ ਵਿਅਕਤੀ ਨੇ ਸਿੱਧੂ ਮੂਸੇਵਾਲੇ ਦੇ ਖਿਲਾਫ ਕਾਫੀ ਕੁਛ ਗੱਲਾਂ ਕਹੀਆਂ ਸੀ ਜਦੋਂ ਅਸੀਂ ਵੀ ਉਸ ਨਾਲ ਗੱਲਬਾਤ ਕੀਤੀ ਤਾਂ ਉਸਨੇ ਇਹ ਗੱਲ ਕਹਿ ਦਿੱਤੀ ਮੈਂ ਤਾਂ ਵੀ ਕਿਸੇ ਦਾ ਨਾਮ ਜਿਹੜਾ ਨਹੀਂ ਲਿਆ ਸੀਗਾ
पर काफ़ी कु होर गल्लां भी उस वीडियो दे विच उसने कहियां सी। तां उस तों बाद सुखविंदर पीपी ने उन्हां दा जवाब दित्ता सी। होर भी काफ़ी जिहड़े फेसबुक ते लोग फेमस ने या होर भी काफ़ी सैलीब्रिटीज़ ने उन्हां ने भी उसका जवाब दित्ता सी। तां सिद्धू दे काफ़ी दोस्तां ने भी जवाब दित्ता सी। तां इस समय सुखविंदर पीपी साडे नाल मौजूद है, तां उन्हां नाल गल्लबात कर लैंदे आ। पुछ लैंदे आ भी जदों उन्होंने वीडियो देखी सी तां मन दे विच की आया सी, क्योंकि एक व्यक्ति ऐसे हिसाब नाल बोल रहा सी। हुण जानकारी भी दे दिंदे आ, नाम भी तुहानूं दस दिंदे आ, गुरिंदर सिंह रंगरेटा की गल कर रहे हां। जरूर कईआं नूं उन्हां दी गल्लां जिहड़े कमेंट दे विच कहिंदे आ, कई उन्हां दे फॉलोअर्स भी जरूर ने, तां उह कहिंदे सी मैं अपना पक्ष रखिआ, मैं लोगों के मुद्दे चकदा, मैं लोगों की गल करदा। तो हुण तुहाडा ज़्यादा समा नहीं लैंदे, हुण अगली गल सुखविंदर पीपी नाल ही कर लैंदे आ। पहलां तुहाडा बहुत बहुत स्वागत है डेली पोस्ट पंजाबी ते। धन्यवाद। तो हुण जिवें मैं शुरुआत च ही किया, पुछदे आ वीडियो जदों देखी तां पहली गल मन दे विच की आई? तुसीं कल जवाब भी दिता है, तुसीं ये भी गल कही आ भी दो दो हत्थ कर लैंदे आ, तू आ जा जिथे तूं कहिंदा, जिथे तूं मिलना चाहुंदा मिल लैंदे आ। देखो वीर जी, गल दा की है, ये अज की गल नहीं है, तकरीबन चार पाँच साल तो ये देख रहे हैं, क्योंकि ये हुण मैं पहले गल की सी तीन गल्ल, जां तां इहदे पिछे कोई है, जां बंदा ये ना समझा ते जां जानबूझ के करदा, तीन गल्ल ठीक है। हुण इहदा जवाब तां उह दे सकदा कि उह जान के कर रहा कि उहदे पिछे है, जां कि उह ना समझिया। हुण इह गल करदा हमेशा जटवाद की, जट हंकारी, जट जे मैं जटा दियाँ धीं भैन आप सुनते हैं, इन्होंने जायदादा मिली, इन्हें ये किता ना मिली, इन्हें भूआ दतिया, ये लफ्ज़ बोलता बंदा है, ठीक है। इतने मैं एक सवाल करना इस बंदे नूं, मान लेने चल एक मिनट वास्ते तेरी गल मान लेने असीं भी, जटा नूं तां मिलियां जायदादा क्योंकि जट लफ्ज़ जे वरतन तां जट वरत गया, लफ्ज़ वरतना माड़ी गल, क्योंकि मैं जट हाँ वो बाद गल करदा, जटा नूं मिली जायदाद, कहते इन्हें गदारे कीते तां मिली, ये बंदा कहिंदा। जट पंजाब च जिहड़े पंजाब तो बाहर है, हरियाणे चले जाओ, यूपी चले जाओ, उत्तराखंड चले जाओ, गुजरात चले जाओ, बिहार चले जाओ, कि वह भी जट आ, उन्हां नूं पैड़ियां किदां मिलियां? फिर चो सानू मन्ना कि असीं गदारियां कीतियां, सानू मिल गईआं, उन्हां नूं किस वेस ते मिलियां? इस गल दा मैनूं जवाब दे दे बंदा। पर इस बंदे को गल दिमाग च जट, हुण मैं गल करदा साडा, मेरा पिंड रौंता शाहकोट तो परजियां रोड ते, साडे पिंड 23-24 साल सरदार मुख्तियार सिंह पाठी सिंह अकबरपुर पिंड दे सीगे, रंगरेटा सिंह साडे गुरद्वारा साहब दे पाठी सिंह रहे आ 22-23 साल लगातार, बुजुर्ग हो गए, बुजुर्ग हो गए उन्होंने बड़े माण ताल नाल जिहड़ा पिंड वासियां ने विदा किया। 7-8 साल तो हुण इस टाइम जिहड़े उह साडे गुरद्वारा साहब बाबा देसा सिंह आ, उह वी रंगरेटा सिंह है। जे ये मैं तां गल कह रहा वहाँ, क्योंकि ये बंदा हमेशा गल कर देता सिखा सॉरी जट इदा करते, मजहबी सिंह मजहबी सिंह वरदा जा रंगरेटे जो भी वरदा आप जातिवाद पास नहीं जाते, आप गल का जवाब देने वास्ते ये गल बोलनिया पैंदियां। हुण जे आप गल करिए, जिदन मैं पैदा होना जिदन ये गुरिंदर सिंह पैदा होया, साडे घर चौकीदार आउंदा, वो साडा एक फार्म भरदा, वो उपर एक कॉलम हुंदा, वो की लिखा जाता कास्ट, जट सिख, मजहबी सिख, कंबोज सिख, सब जो कुछ भी है जी कास्ट वो लिखी जाती है। उस तो बाद सुखविंदर सिंह पहले दिन स्कूल जाता, वह सारा हिस्ट्री बायोडाटा लिखा जाता, नाम प्यो फादर नाम उत्थे, फिर उसकी कास्ट लिखी जाती है। सुखविंदर सिंह नौकरी कर गया, भर्ती हो गया, उत्थे फार्म भरिया, उस कॉलम है, कॉलम फिर एक आता कॉलम आता वो बरादरी कास्ट पूछी जाती, उत्थे मैं फिर जट सिख। फिर जो कोई बंदा कहता कि मैं जट हाँ, फिर ये कहते तुम हंकारी है, तुम जट क्यों कहते अपने आपू? एक बंदा कहता मैं कंबोज सिंह हाँ, कोई गल नहीं ठीक है, कंबोज कंबोज सिंह है, एक महाजन है, एक पंडित है, वह कहना पंडित है, ठीक है पंडित है। जे मैं कहना जे जट कहता कि मैं जट हाँ, बहुत लोगों ने चंद को लोगों फेसबुक तक अक्सर चीज़ देखता, फिर जट कहते इन्नी एलर्जी, इन्ना रौला कि गल का होंगे, इन्नी परेशानी कि गल की होंगी, जिस तरह बाकी कास्ट उस तरह जट ही कास्ट है। पर वो कहते रहे जिवें तुसीं भी वीडियो देखी होगी, वह कहें भी हाँ अपनी कास्ट को प्रमोट करते हैं, बाबा बंदा सिंह बहादुर ने इन्हों जमीन दित्तियां, जी तुसीं जमीन की गल की है तो बाबा बंदा सिंह बहादुर ने जमीन दित्तियां सी, घेरा पिया रहा, तो जट्टा ने उस समय कोई साथ नहीं दिता, इहो जिहियां गल्लां करते हैं। गल पता की है, हुण इन्नी
जे आपां डुंगाई च जावांगे ना बहुत हर कास्ट दे विचों मैं कि कल जट की गल नहीं करता फिर मैं तो भी गल करता मैं कहता जट माड़े मैं कहना हर कास्ट दे विच हर धर्म दे विच चंगे लोग भी होंगे माड़े लोग भी होंगे दोवें तरह के लोग होंगे है ना हुण जे जमीना की गल करता हुण जे आपां गल कर रहे शहादतां दित्तियां जिहड़ियां कुरबानियां दित्तियां हुण एक वो सारी हिस्टरी हैगी है बंदे को भी किहड़े किहड़े नाम का बंदा किहड़ी किहड़ी कास्ट का कित्थे उहने दित्ती आ अपनी शहादत दित्ती जां कित्थे उहने कुरबानी दित्ती सारे धर्मां दे लोग जदों कोई युद्ध कोई लड़ाई कोई धर्म की चाहे कोई किस देश की चलती है चाहे कोई अपने हक लैण वास्ते चलती है उत्थे कास्ट नहीं वेखी जाती कि तू किहड़ी कास्ट दा जां मैं किहड़ी कास्ट दा जां ओह किहड़ी कास्ट दा उत्थे हर बंदा अपनी हक लैण वास्ते लड़दा उस सारे कास्ट हो जाएगी उस मजहबी सिंह भी होंगे कंबोह सिंह भी होंगे जट भी होंगे हर हर बरादरी होगी पर मुक्क दी गल आ उहदे गल च संग 24 घंटे कुछ ही फसी होंदी आ जट 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 ते बस जट होर कुछ नहीं फिर जटों गाला कढ़ी जानी उन्हें जटा दे धीआं भैणां नोली जाना गाला कढ़ी जानी एक ना मैं तुहानूं दसदा साडे कहिंदा उस्ताद जी होंदे सीगे उह कहिंदे बड़ी सोहणी कंध बना दिओ ना बहुत सोहणी कंध बना दिओ इक उहदे उपर बड़े सोहणी मीनाकारी कर दिओ बड़ा सोहणा रंग कर दिओ जिहड़ी कीड़ी है ना कीड़ी उन्हें तुरी फिरना जाने खुड लभने खुड जोड़ना जाके उन्हें कुछ लोगों की सोच होंगी उन्हें ताड़ा चंगियाई नहीं वेखनी ताड़ा चंगा पक्ष नहीं वेखना उन्हें वेखना भी ताड़ी कमी कितने आ उन्हें कीड़ी वगू वो खुड जाके वड़ना होंगे ये लोगों की सोच होंगी कुछ लोगों की ये लोग हम ये बंदा भी बाकी सारे रंगरेटा रंगरेटा बहुत सुचा उच्चा लफज है गुरु साहबान वालों दिता गया रंगरेटा गुरु का बेटा इतिहास नाल काफ़ी कह सकते हैं भी रंगरेटा शब्द हर किसी को जो इतिहास जिन्हें पढ़िया उन्होंने पता है पता हूँ एक रंगरेटा गुरु साहब ने छातियां लाया एक कहना मैं रंगरेटा तो वह 24 घंटे जट्टा धीआं भैणे चुनी हथ पाता रहा चुनी हथ पाने होगा जो धीआं भैणी इज्जत बारे गल करनी तो वह की हो गया फिर रंगरेटा अखवा दे बंदा लायक हैगा ये तुम दस दो तो हुण इह वी गल कही भी असले नूं बड़े प्रमोट करदे आ गाने इहो जिहे बना दिंदे आ तां इहो जिहियां चीज़ां बड़ियां कही जांदियां बार बार असले नूं प्रमोट कीता जांदा इह वी मैं गल क्लीयर करदा उह कहिंदा वी गीतां दे विच जट जट हुंदा जट जट हुंदा इह आपां वी सुणदे आ इह गल तुसीं सुणदे मैं वी सुणदा होऊंगा पर मैं इक सवाल फिर से बंदे नूं करना इत्थे कि लिखण वाले सारे जट आ जिहड़े जट्टां दे गाने लिखदे कि गाउण वाले सारे जट आ जिहड़े जट्टां दे गाने गाउंदे आ नहीं जदों इह लोक जिहड़ा बंदा गल करदा जट इह उहनां गाणे दी वीडियो पिछे वायरल होईआं सी टिकटॉक तुसीं देखीआं होणगीआं शायद तुसीं देखीआं मैं वी देखीआं सीगीआं ठीक आ उस चीज़ दा हक च नहीं हैगा जिहड़े असला प्रमोट करने जां शराब प्रमोट करनी उस चीज़ दे हक च मैं वी नहीं हैगा पर मैं उहदी गल दा जवाब दिंदा भी इह दो गल्लां मैनूं जवाब दे कि लिखण वाले ते गाउण वाले जिहड़े जट्टां दे गाने लिखदे आ गाउंदे कि उह सारे जट आ मैनूं इस गल दा जवाब दे दे बंदा मतलब तुसी कह रहे हो भी एक फैशन चल पिया लोकी उहदे च लिखदे पे आ भी हाँ जट लिखना ही है चलदा भी है तां लोकी लिखदे पे ने तां लोकी लिखदे पे आ इह गल्लां लिखदे पे तां तुसी एक चैलेंज भी गल कर दित्ता हैगा क्योंकि उह रंगरेटा साहब कहिंदे आ भी हाँ मैं काफ़ी ट्रेनिंग लई हुई है मेरे जोर जिहड़ा 18 साल दे नौजवान वर्गा जोर है मेरे च इन्हें तो 4-5 साल पहला कहा विसाखी तो मैं 10,000 बंदा लैके तो जाके अमृत छकाना शायद तुम सुनिया होगा काफ़ी वीडियो वायरल हो जा सकती है कितने का 10,000 बंदा हो झूठ मानू मैं झूठ मार दिना पर मैं देखो सोशल मीडिया बह के गल्ला करनी बहुत सौखिया होंगे मैं तो गल बैठती मैं 2.5 मिनट की गल बैठती बहुत लंबी गल नहीं की मैं फिर संतों बारे देखो संतों बारे बोली जाता संत जरनैल सिंह पिंडराले है उन्होंने बारे बोलन तुम ये गल कह रहे हो भी हाँ पिंड टकराव हो कोई होर भी पिछे हो सकता कि टकरा कि हो सकता दसो पिंड च जट दी ते मजदूर दी इन्नी कु सांझ आ जट बिना मजदूर नहीं है मजदूर बिना जट नहीं है पिंड दे विच किसान कह लो जट कह लो कोई गल ही है किसान नूं लोड़ पैंदी जिमीदार नूं जंद लोड़ पैंदी मजदूर कोल जांदा मिल जा काम वेले वेले उहदी बांह भी फड़दा उहदे नाल भी खड़दा काम धंदे नूं किसे वेले मजदूर नूं लोड़ हुंदी आ वो किसान को भी आता जिमीदार को आता जट को आता अपनी लोड़ पूरी करता कहना मतलब दोवें एक दूजे पिछे नहीं हट सकते यह बोलता हो सकता तो असर होंदा कि नहीं होंदा इहदा असर उन्हां लोकां ते होंदा जिहड़े मेरे जिहड़े इहदे वर्गे शहर च एसी कोठी बिल लाके बैठे हुए चंगा सोहना कारोबार आ उन्हां दा असर शायद असर कहदा होना वा वो नाल खड़ जांदे अच्छा ते जिहड़ा आम पेंडू तबका आ
ਉਹਨਾਂ ਨੂੰ ਇਹ ਗੱਲ ਦਾ ਕੋਈ ਮਤਲਬ ਨਹੀਂ, ਉਹ ਤਾਂ ਆਪਣੇ ਕੰਮ ਤੋਂ ਨਹੀਂ। ਪਰ ਉਹ ਵੀ ਕਹਿੰਦੇ ਸੀਗੇ ਵੀ ਸ਼ਮਸ਼ਾਨ ਅਲੱਗ ਅਲੱਗ ਬਣਾ ਦਿੱਤੇ, ਸ਼ਮਸ਼ਾਨ ਦੀ ਜਗ੍ਹਾ ਤੱਕ ਵਾਹ ਦਿੱਤੀ ਤਸਵੀਰਾਂ। ਇੱਕ ਵੀਡੀਓ ਅਸੀਂ ਵੀ ਦੇਖੀ ਸੀ, ਬੜੀ ਵਾਇਰਲ ਹੋਈ ਸੀਗੀ। ਹਾਂ, ਕਿੰਨੀ ਵਾਇਰਲ ਹੋਈ ਸੀ ਉਹ ਵੀਡੀਓ। ਉਹੋ ਜਿਹੇ ਮੁੱਦੇ ਕਹਿੰਦੇ ਮੈਂ ਤਾਂ ਚੱਕਦਾ ਨਹੀਂ, ਉੱਥੇ ਤੇ ਅਸੀਂ ਵੀ ਨਾਲ ਖੜਾਂਗੇ ਉਹਦੇ। ਜੇ ਇਹ ਉਹ ਮੁੱਦਾ ਜਿਹੜਾ ਜਿੱਥੇ ਦੇਖੋ ਧੱਕਾ ਵਾ, ਸ਼ਮਸ਼ਾਨ ਘਾਟ ਰਸਤਾ ਵਾਹ ਤਾਂ ਕਿਸੇ ਨੇ, ਉਹ ਉਹਦੇ ਬਾਰੇ ਬੋਲੂ, ਨਾਲ ਖੜਾਂਗੇ ਉਹ ਬੰਦੇ ਦੇ ਜਿਹੜਾ ਸਹੀ ਸਹੀ ਜਿੱਥੇ ਜਿੱਥੇ ਬੋਲਣ ਦਾ ਹੱਕ ਬਣਦਾ ਉੱਥੇ ਬੋਲਾਂਗੇ। ਜੋ ਸੱਚ ਆ ਉਹ ਸੱਚ ਆ। ਜੇ ਪਿੰਡ 'ਚ ਦੋ ਸ਼ਮਸ਼ਾਨ ਘਾਟ ਬਣੇ ਆ, ਜਿੱਥੇ ਪਿੰਡ 2-3-4 ਗੁਰਦੁਆਰੇ ਬਣੇ ਆ, ਉਹਦੇ ਵੀ ਖਿਲਾਫ ਆਪਾਂ ਠੀਕ ਆ। ਸਾਡੀ ਕਿਸੇ ਮੰਨਣੀ ਨਹੀਂ, ਜੇ ਮੈਂ ਕਹਾਂ ਮੇਰੇ ਕੋਲ ਮੰਨ ਲਊਗਾ, ਨਹੀਂ ਮੰਨਣੀ ਕਿਸੇ ਨੇ। ਆ ਮੇਰਾ ਮਹੱਲਾ ਕੀ ਆ, ਮਹੱਲਾ ਇੱਡਾ ਕੁ ਮਹੱਲਾ, 5 ਗੁਰਦੁਆਰਾ ਸਾਹਿਬ ਸਾਡੇ ਮਹੱਲੇ ਦੇ ਵਿੱਚ, ਸਾਡੇ ਮਹੱਲੇ ਦੇ ਵਿੱਚ 5 ਗੁਰਦੁਆਰਾ ਸਾਹਿਬ। ਜੇ ਸਾਡੇ ਧਰਮ ਕੋਟ ਦਾ ਗੱਲ ਲਾ ਪਈਏ ਤਾਂ ਗਿਣਤੀ ਕੋਈ ਨਹੀਂ ਕਹਿੰਦੇ। ਸੋ ਇਹਨਾਂ ਚੀਜ਼ਾਂ ਨਿਕਲਣਾ ਤਾਂ ਵੈਸੇ ਬਾਹਰ ਚਾਹੀਦਾ, ਪਰ ਜਿੱਦਾਂ ਇਹ ਤਰੀਕਾ ਤਰੀਕਾ ਗਲਤ ਹੈ, ਇਸ ਤਰੀਕੇ ਨਾਲ ਨਿਕਲ ਜਾ ਸਕਦਾ। ਤਾਂ ਜਿਵੇਂ ਤੁਸੀਂ ਕਿਹਾ, ਤੁਹਾਨੂੰ ਕਾਫੀ ਵੀਡੀਓਜ਼ ਯਾਦ ਨੇ, ਤੁਸੀਂ 4 ਸਾਲ ਪਹਿਲੇ ਦੀ ਵੀ ਇੱਕ ਵੀਡੀਓ ਦੀ ਗੱਲ ਕੀਤੀ, ਤਾਂ ਜਦੋਂ ਪਹਿਲੀ ਵਾਰੀ ਵੀਡੀਓ ਕੋਈ ਦੇਖੀ ਵੀ ਦਿਮਾਗ ਦੇ ਵਿੱਚ ਕੀ ਆਉਂਦਾ ਵੀ ਕਿਉਂ ਇਹ ਸਭ ਕੁਝ ਹੋ ਰਿਹਾ, ਕਿਉਂ ਬੋਲਿਆ ਜਾ ਰਿਹਾ, ਦਿਮਾਗ 'ਚ ਇੱਕ ਵਾਰੀ ਸੋਚਣ ਨਹੀਂ ਲੱਗ ਜਾਂਦੇ? ਅਤੇ ਜਦੋਂ ਸਿੱਧੂ ਦੀ ਵੀਡੀਓ ਦੇਖਦੇ ਹੋ, ਉਦੋਂ ਨਹੀਂ ਸੋਚਣ ਲੱਗ ਜਾਂਦੇ ਪਰ ਸਿੱਧੂ ਦਾ ਨਾਮ ਲੈਣਾ ਕਿਉਂ ਜ਼ਰੂਰੀ ਸੀ, ਉਹਨੂੰ ਕੁਛ ਵਿੱਚ ਕਿਉਂ ਘਸੀਟਿਆ ਗਿਆ? ਜ਼ਰੂਰ ਉਹ ਕਹਿੰਦੇ ਚਲੋ ਨਾਮ ਨਹੀਂ ਲਿਆ, ਪਰ ਕਿਉਂ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ? ਨਹੀਂ, ਨਾਮ ਜੇ ਲੈਣਾ ਬਾਕੀ ਰਹਿ ਗਿਆ, ਇਹ ਤਾਂ ਬੱਚੇ ਨੂੰ ਸਮਝਾ ਕੀ ਕਿਹਦੇ ਬਾਰੇ ਕੀ ਬੋਲ ਰਿਹਾ ਬੰਦਾ। ਉਹ ਇਹ ਸ਼ਾਤਰਾ ਬੰਦਾ ਬਹੁਤ, ਭਲਾ ਮਾਨਸ ਨੇ ਆਪਾਂ ਨੂੰ ਕਿਹਾ ਤਾਂ ਸ਼ਾਤਰਾ ਬੰਦਾ। ਪਹਿਲਾਂ 3 ਗੱਲਾਂ ਕੀਤੀਆਂ ਨਾ ਆਪਾਂ ਜਿਹੜੀਆਂ, ਵੀ ਉਹਨਾਂ ਗੱਲਾਂ 'ਚ ਮੈਨੂੰ ਕੋਈ ਗੱਲ ਜਾਂ ਤਾਂ ਪਿੱਛੇ 99% ਕੋਈ ਪਿੱਛੇ ਬੰਦਾ ਤਾਂ ਹੋ ਸਕਦਾ, ਜਿਸ ਤਰ੍ਹਾਂ ਬੰਦਾ ਬੋਲਦਾ ਪਿਆ ਠੀਕ ਆ, 3-4 ਸਾਲ ਪਹਿਲਾਂ ਵੀ ਬੋਲਦਾ ਸੀ, ਉਦੋਂ ਬਹੁਤਾ ਗੋਲਿਆਂ ਨੂੰ ਇਨਸਾਨ ਨੂੰ ਚਲੋ ਠੀਕ ਹੈ, ਪਰ ਜਿਸ ਤਰ੍ਹਾਂ ਹੁਣ ਬੰਦਾ ਉਹ ਇੱਕੋ ਗੱਲ ਹੀ ਰੱਟੀ ਜਾਂਦਾ, ਇੱਕੋ ਗੱਲ ਨੂੰ ਰੱਟੀ ਜਾਣ ਡਿਆ, ਅਤੇ ਉਹ ਤੋਂ ਸਾਫ ਜਿਹਾ ਲੱਗਦਾ ਵੀ ਬੰਦਾ ਵਾਕਿਆ ਹੀ ਕੋਈ ਨਾ ਕੁਛ ਕਰਨਾ ਚਾਹੁੰਦਾ ਹੈ, ਕੋਈ ਪਲੈਨ ਤਹਿਤ ਚੱਲ ਰਿਹਾ ਕੰਮ ਜੋ ਕੁਛ ਬੋਲ ਰਿਹਾ ਇਹ। ਅਤੇ ਬਾਕੀ ਹੁਣ ਜ਼ਿਆਦਾ ਤਾਂ ਫਿਰ ਬਾਕੀ ਮੈਂ ਤਾਂ ਹੋਰ ਹੈਰਾਨ ਹਾਂ, ਦੇਖੋ ਸਰਕਾਰਾਂ ਨੂੰ ਪਤਾ ਸਭ ਕੁਛ, ਸਰਕਾਰਾਂ ਇਸ ਸੰਬੰਧਿਤ ਕੋਈ ਐਕਸ਼ਨ ਨਹੀਂ, ਕੁਛ ਨਹੀਂ ਕਹਿੰਦੀਆਂ ਨੂੰ, ਉਹ ਆਪਣਾ ਬੋਲੀ ਜਾਂਦਾ ਵਾ, ਰੌਲਾ ਪਿਆ ਵਾ, ਕੋਈ ਚੱਕਰ ਨਹੀਂ। ਹਾਲਾਂਕਿ ਚਲੋ ਫਰਜ਼ ਬਣਦਾ, ਪ੍ਰਸ਼ਾਸਨ ਦਾ ਫਰਜ਼ ਬਣਦਾ, ਲੈ ਵੀ ਰੋਕਣ ਪਈ ਤੂੰ ਕਿਉਂ ਬੋਲਦਾ ਪਿਆ। ਹੁਣ ਕੱਲ੍ਹ ਮੈਨੂੰ ਉੱਥੋਂ ਲੁਧਿਆਣੇ ਕੋਈ ਬੰਦਾ ਫੋਨ ਆਇਆ, ਕਹਿੰਦੇ ਇੱਥੇ ਕਵੇ ਪੇਸ਼ ਹੋਇਆ ਉਹ ਜਾ ਕੇ ਸਿਕਿਉਰਟੀ ਵਾਸਤੇ। ਅੱਛਾ, ਹੋਏ ਮੈਨੂੰ ਦੱਸਿਆ ਕਿ ਬੰਦਾ ਖਾਸ ਹੀ ਬੰਦੇ ਨੂੰ ਲੁਧਿਆਣੇ ਫੋਨ ਆਇਆ ਇਹ। ਅੱਛਾ ਅੱਛਾ। ਅਤੇ ਉਹ ਮੈਂ ਆਪਣੇ ਕਮਿਸ਼ਨਰ ਸਾਹਿਬ ਕਹਿੰਦੇ ਸ਼ਾਇਦ ਸੀ ਪੀ, ਮੈਨੂੰ ਯਾਦ ਕੀ ਨਾਂ ਲੈਂਦਾ ਪਿਆ ਸੀ ਉਹ, ਵੀ ਉਹ ਕਹਿੰਦੇ ਵੀ ਇਹ ਦੂਜਾ ਮੰਡ ਬਣੂ ਫਿਰਦਾ, ਗੋਸਮ ਸਿੰਘ ਮੰਡ ਨਹੀਂ, ਜਿਵੇਂ ਉਹ ਸਿਕਿਉਰਟੀ ਮਿਲ ਗਈ ਹੈ ਅਤੇ ਸੰਤਾਂ ਨੂੰ ਗਾਲਾਂ ਕੱਢੀ ਜਾਂਦਾ ਅਤੇ ਕਦੀ ਸਿੰਘਾਂ ਨੂੰ ਉਹਨਾਂ, ਬਸ ਉਹੋ ਕੰਮ ਇਹਨੇ ਕਰਨਾ। ਜਿਵੇਂ ਸਿਕਿਉਰਟੀ ਮਿਲ ਗਈ, ਇਹ ਤੋਂ ਵੀ ਮਤਲਬ ਇਹ ਗਾਂ ਸਿਰੇ ਲੱਗ ਜੂਗਾ ਬੰਦਾ, ਇਹ ਇੰਨਾ ਭਕਾਈ ਮਾਰੂਗਾ ਬੰਦਾ ਇਹ ਪੰਜਾਬੀ 'ਚ ਕਹੀਏ ਤਾਂ। ਮਤਲਬ ਜੇ ਤੁਸੀਂ ਕਹਿ ਰਹੇ ਹੋ ਜੇ ਕਿੱਥੇ ਮਿਲ ਗਈ ਤਾਂ ਹੋਰ ਜ਼ਿਆਦਾ ਹੋਊਗਾ, ਜ਼ਿਆਦਾ ਹੋਊਗਾ, ਜ਼ਿਆਦਾ ਹੋਊਗਾ, ਕਿਉਂ ਹੁਣ ਤਾਂ ਮੇਰਾ ਖਿਆਲ ਜੇ ਮੈਂ ਜਿੰਨੀਆਂ ਕੁ ਮੈਂ ਦੇਖੀਆਂ ਇਹਦੀਆਂ ਵੀਡੀਓ, ਇਹਦੀ ਇੱਕੋ ਹੀ ਲੋਕੇਸ਼ਨ ਹੁੰਦੀ ਹੈ, ਇਹਦੀ ਜਿੰਨੀਆਂ ਵੀਡੀਓ ਚੱਕ ਦੇ ਲਓ, ਇੱਕੋ ਲੋਕੇਸ਼ਨ 'ਤੇ ਖੜਾ ਵੀਡੀਓ, ਗੱਡੀ 'ਚ ਬੈਠਾ ਹੁੰਦਾ, ਅਤੇ ਜਿੱਥੋਂ ਤੱਕ ਮੈਨੂੰ ਲੱਗਦਾ ਜਿੰਨਾ ਕੁ ਮੈਂ ਸੁਣਿਆ ਵੀ ਘਰ ਦੇ ਬਾਹਰ ਗੱਡੀ ਲਾਉਣ ਦਾ ਬੂਹੇ ਅੱਗੇ, ਗੱਡੀ 'ਚ ਬਹਿ ਕੇ ਵੀਡੀਓ ਪਾਉਂਦਾ, ਲੋਕ ਲਾਉਣਾ ਫਿਰ ਅੰਦਰ ਵੜ ਜਾਂਦਾ। ਨਹੀਂ, ਕਈ ਵਾਰੀ ਧਰਨਿਆਂ 'ਚ ਜਾ ਕੇ ਵੀ ਲਾਈਵ ਕਰਦੇ ਨੇ, ਧਰਨਿਆਂ ਤੋਂ ਵਾਪਸ ਬਹੁਤ ਘੱਟ, ਬਹੁਤ ਘੱਟ, ਜੇ ਠੀਕ ਆ ਹੁਣ ਛੱਡ ਕੇ ਜਾਂਦੇ, ਪਹਿਲਾਂ ਦੱਸਦੇ ਫਲਾਂ ਥਾਂ ਚੱਲੇ ਆ ਭਾਈ, ਉਹ ਮਸਲਾ ਇਹ ਨਹੀਂ ਆਪਾਂ ਲੜਨਾ ਉਹ ਬੰਦੇ ਨਾਲ, ਇਹ ਨਹੀਂ, ਅਸੀਂ ਤਾਂ ਇਹ ਕਹਿੰਦੇ ਵੀ ਭਰਾ ਮੇਰਾ ਚੁੱਪ ਕਰ ਜਾ, ਵੀ ਪੰਜਾਬ 'ਚ ਮਸਲੇ ਮੁੱਦੇ ਹੋਰ ਹੀ ਬੜੇ ਆ, ਇਹ ਕਿੱਡਾ ਕੁ ਮੁੱਦਾ ਚੱਕ ਕੇ ਬੈਠਾ ਤੂੰ ਜੱਟਾਂ ਨੂੰ ਗਾਲ ਕੱਢਣ ਵਾਲਾ, ਇਹ ਤਾਂ ਇੱਕ ਮੁੱਦਾ ਸੁਲਝਾਉਣ ਵਾਲਾ, ਇਹ ਉਲਝਾਉਣ ਵਾਲਾ ਹੈ, ਸੁਲਝਾਉਣ ਵਾਲਾ ਨਹੀਂ ਇਹ, ਉਲਝਾਉਣ ਵਾਲਾ, ਇਸ ਤਰ੍ਹਾਂ ਸੋਚਣਾ ਉਲਝਣਾ, ਕਿਉਂਕਿ ਜਦੋਂ ਦੋ ਅਤੇ ਰਾਮ ਸਾਹਮਣੇ ਹੋ ਗਏ ਉਲਝਣੇ, ਫਿਰ ਉਹ ਬੇਸ਼ੱਕ 5% ਜਾਂ 10% ਹੀ ਹੋਣਗੇ, 100% ਤਾਂ ਨਹੀਂ ਕਰ ਸਕਦਾ ਬੰਦਾ ਇਹ, ਜੇ 5-10% ਵੀ ਹੋ ਗਏ, ਕਿਤੇ ਵੀ ਨਾ ਹੋਵੇ, ਜ਼ਮੀਨੀ ਪੱਧਰ 'ਤੇ ਨਾ ਹੋਵੇ, ਫੇਸਬੁੱਕ 'ਤੇ ਹੋਏ ਪਏ ਆ। ਹਾਂ, ਮੈਂ ਇਹ ਅਗਲਾ ਸਵਾਲ ਹੀ ਪੁੱਛਣ ਲੱਗਾ ਸੀ ਵੀ ਫੇਸਬੁੱਕ 'ਤੇ ਹੁਣ ਇਸ ਬਾਰੇ ਮੈਂ ਜ਼ਰੂਰ ਕਿਹਾ ਸੀ ਪੰਜਾਬ ਦਾ ਮੁੱਦਾ, ਪਰ ਮੈਂ ਉਦੋਂ ਨਾਲ ਇਹ ਵੀ ਕਿਹਾ ਸੀ ਫੇਸਬੁੱਕ 'ਤੇ, ਫੇਸਬੁੱਕ 'ਤੇ ਪੰਜਾਬ ਦਾ ਮੁੱਦਾ ਜ਼ਰੂਰ ਫੇਸਬੁੱਕ 'ਤੇ ਬਣ ਗਿਆ ਆ, ਫੇਸਬੁੱਕ 'ਤੇ ਹਰ ਕੋਈ ਇਸ ਮੁੱਦੇ 'ਤੇ ਕੁਛ ਨਾ ਕੁਛ ਬੋਲ ਹੀ ਰਿਹਾ, ਹੁਣ ਕੋਈ ਨਾ ਕੋਈ ਆਪਣੀ ਟਿੱਪਣੀ ਕਰ ਹੀ ਰਿਹਾ ਇਸ 'ਤੇ, ਜ਼ਰੂਰ ਖਿਲਾਫਤ ਜ਼ਿਆਦਾ ਹੈ, ਜੇ ਸੱਚ ਅਸੀਂ ਬੋਲਾਂਗੇ ਤਾਂ ਖਿਲਾਫਤ ਜ਼ਿਆਦਾ ਹੀ ਹੈ। ਹਾਂਜੀ ਹਾਂਜੀ, ਅਤੇ ਉਹ ਗੱਲ ਜ਼ਮੀਨੀ ਪੱਧਰ 'ਤੇ ਨਹੀਂ ਹੈ ਫੇਸਬੁੱਕ 'ਤੇ ਹੀ ਹੈ, ਫਿਰ ਫੇਸਬੁੱਕ 'ਤੇ ਨਵਾਂ ਕੰਮ ਚੱਲਿਆ ਵੀ ਇੱਕ ਬੰਦਾ 10 ਆਈਡੀਆਂ ਬਣਾਈਆਂ, ਉਹਨੇ ਪਤਾ ਕਿੰਨੇ ਕੀ ਬੋਲੀ ਜਾਣੇ, ਕਿਉਂਕਿ ਕੋਈ ਬੰਦਾ ਬੈਠਾ 10 ਆਈਡੀਆ ਕਮੈਂਟ ਕਰੀ ਜਾਂਦਾ, ਉਹ ਗਾਲਾਂ ਕੱਢੀ ਜਾਂਦਾ, ਉਹ ਜਵਾਬ ਦੇਈ ਜਾਂਦਾ, ਉੱਥੇ ਕੀ ਕਰੋਗੇ ਉੱਥੇ? ਹੁਣ ਇਹ ਤੁਹਾਡਾ ਮੇਰੀ ਆਈਡੀ ਹੈ, ਇੱਕ ਵੀ ਸਰਕਾਰਾਂ ਨੂੰ ਚਾਹੀਦਾ ਘੱਟੋ ਘੱਟ ਜੇ ਇੱਕ ਆਈਡੀ ਬੰਦੇ ਦੀ, ਉਹ ਆਧਾਰ ਕਾਰਡ ਨਾਲ ਅਟੈਚ ਹੋਵੇ, ਪਤਾ ਕਿਹੜਾ ਬੰਦਾ ਚਲਾ ਰਿਹਾ, ਅਗਲਾ ਸੋਚ ਕੇ ਤਾਂ ਬੋਲੂ ਮਾੜਾ ਮੋਟਾ, ਪਰ ਨਹੀਂ ਸਰਕਾਰਾਂ ਕਿਉਂ ਕਰਨਗੀਆਂ, ਕਿ ਸਰਕਾਰਾਂ ਦੇ ਆਪਣੇ ਆਈਡੀ ਸੈੱਲ ਬਣਾਏ ਹੋਏ ਹੈ, 50,000-1,00,000 ਆਪਣੇ ਫੇਕ ਆਈਡੀ ਸੈੱਲ ਨਾਲ ਆ ਰਹੀਆਂ, ਉਹ ਚਲਾ ਰਹੀ, ਉਹ ਕਿਉਂ ਬੰਦ ਕਰਨਗੀਆਂ?
ਸੋ ਮੁੱਕਦੀ ਗੱਲ ਤਾਂ ਇਹ ਹੈ ਵੀ ਚੰਗੀ ਗੱਲ ਹੈ ਸੁਧ ਜੋ ਬੰਦਾ ਆਪਣੀ ਜ਼ਬਾਨ 'ਤੇ ਕੰਟਰੋਲ ਕਰ ਲੂਗਾ ਅਤੇ ਪੰਜਾਬ ਦਾ ਭਲਾ ਹੀ ਆ ਨੁਕਸਾਨ ਤਾਂ ਜਦੋਂ ਮਰਜ਼ੀ ਗੱਲ ਤੁਹਾਨੂੰ ਨਹੀਂ ਲੱਗਦਾ ਸੀ ਵੀ ਪੰਜਾਬ ਦੇ ਹੋਰ ਵੀ ਮੁੱਦੇ ਚੱਕੇ ਜਾ ਸਕਦੇ ਸੀ ਬੜੇ ਮੁੱਦੇ ਨੇ ਪੰਜਾਬ ਦੇ ਪੰਜਾਬ 'ਚ ਇੱਕ ਮੁੱਦਾ ਨਹੀਂ ਆ ਪੰਜਾਬ 'ਚ ਬੜੇ ਮੁੱਦੇ ਜੇ ਮੁੱਦੇ ਚੱਕਣੇ ਹੀ ਆ ਸਭ ਤੋਂ ਵੱਡਾ ਇਸ ਟਾਈਮ ਸੋਚ ਸਭ ਤੋਂ ਵੱਡਾ ਮੇਰੇ ਬੱਚੇ ਮੈਂ ਕਿਸੇ ਤੋਂ ਗੱਲ ਨਹੀਂ ਮੈਂ ਗੱਲ ਆਪਣੀ ਸ਼ੁਰੂ ਕਰਦਾ ਹੁੰਦਾ ਮੇਰੇ ਬੱਚੇ ਬਾਹਰ ਠੀਕ ਆ ਸਭ ਤੋਂ ਜਿਹੜਾ ਖਤਰਨਾਕ ਰੁਝਾਨ ਆ ਇਸ ਟਾਈਮ ਤੋਂ ਖਤਰਨਾਕ ਜਿਹੜਾ ਪੰਜਾਬ ਆਉਣ ਵਾਲੇ ਪੰਜਾਂ ਸੱਤਾਂ ਦਸਾਂ ਸਾਲਾਂ 'ਚ ਵੈਸੇ ਖਾਲੀ ਹੋ ਜਾਣਾ ਫਿਰ ਜਿੰਨੇ ਮਰਜ਼ੀ ਮੁੱਦੇ ਚੱਕੀ ਜਾਏ ਫੇਸਬੁੱਕ 'ਤੇ ਬਹਿ ਕੇ ਕਿਉਂਕਿ ਜਿਹਦੇ ਦੋ ਬੱਚੇ ਆ ਉਹ ਵੀ ਬਾਹਰ ਆ ਜਿਹਦਾ ਇੱਕ ਬੱਚਾ ਉਹ ਵੀ ਬਾਹਰ ਆ ਜਿਹੜਾ ਬੱਚਾ ਬਾਹਰ ਚਲੇਗਾ ਉਹਨੇ ਵਾਪਸ ਨਹੀਂ ਆਉਣਾ ਉਹ ਵਾਪਸ ਨਹੀਂ ਆਉਂਦਾ 99% ਬੱਚੇ ਵਾਪਸ ਨਹੀਂ ਆਉਂਦੇ ਉਹਨਾਂ ਦੇ ਬੱਚੇ ਉੱਧਰ ਹੋ ਗਏ ਆ ਸਾਡੀ ਪੀੜ੍ਹੀ ਜਿਹੜੀ ਆ ਭਰੋਸਾ ਸਵੇਰ ਦਾ ਨਹੀਂ ਚੱਲ ਜੇ ਵੱਧ ਤੋਂ 10 ਕੱਢ ਵੀ ਜਾਵਾਂਗੇ ਅਸੀਂ ਵੱਧ ਤੋਂ ਵੱਧ ਉਦੋਂ ਪੁੱਛੋ ਗਰੰਟੀ ਆ ਵੀ ਜਿਹੜੇ ਬੱਚੇ ਬਾਹਰ ਗਏ ਵਾਪਸ ਨਹੀਂ ਆਉਣਾ ਉਹ ਸ਼ਾਇਦ ਹੁਣ ਅਟੈਚਮੈਂਟ ਆ ਜਿਹੜੇ ਗਾਉਣਾ ਦੇ ਬੱਚੇ ਹੋ ਗਏ ਉਹ ਤਾਂ ਮਤਲਬ ਕਹਾਣੀ ਖਤਮ ਆ ਆਉਣੇ ਮਤਲਬ ਜੇ ਆਪਾਂ ਗਿਣ ਕੇ ਸਹੀ 25-30 ਸਾਲ ਬਾਅਦ ਆ ਪੰਜਾਬ ਦੇ ਹਾਲਾਤ ਵੇਖਣ ਯੋਗ ਹੋਣੇ ਆ ਕੀ ਹਾਲਾਤ ਪੰਜਾਬ ਦੇ ਹੋਣੇ ਆ ਇਹ ਕੋਈ ਛੋਟਾ ਮੁੱਦਾ ਨਹੀਂ ਹੈ ਬੇਰੁਜ਼ਗਾਰੀ ਆ ਨਸ਼ੇ ਬਾਰੇ ਆਪਾਂ ਨੂੰ ਪਤਾ ਜੋ ਕੁਛ ਹੈਗਾ ਬੇਰੁਜ਼ਗਾਰੀ ਦੇ ਮਾਰੇ ਬੱਚੇ ਬਾਹਰ ਜਾ ਰਹੇ ਆ ਅਤੇ ਨਸ਼ਾ ਇੰਨਾ ਅੱਜ ਦੇ ਟਾਈਮ ਦੇ ਵਿੱਚ ਨਾ ਨੌਕਰੀ ਨਹੀਂ ਮਿਲਦੀ ਕੋਈ ਚੱਕਰ ਨਹੀਂ ਬੱਚਾ ਨਹੀਂ ਮਿਲਿਆ ਕੋਈ ਚੱਕਰ ਨਹੀਂ ਨਹੀਂ ਪੜਿਆ ਕੋਈ ਚੱਕਰ ਨਹੀਂ ਬੱਚਾ ਜੇ ਨਸ਼ੇ ਤੋਂ ਬਚ ਗਿਆ ਨਾ ਉਹ ਪਰਿਵਾਰਕ ਦਾ ਹੀ ਕਾਮਯਾਬ ਸਭ ਤੋਂ ਵੱਡਾ ਡਰ ਹੈ ਇਸ ਟਾਈਮ ਜਿਹੜਾ ਨਸ਼ੇ ਦਾ ਪ੍ਰਕੋਪ ਬਹੁਤ ਜ਼ਿਆਦਾ ਹੈ ਮੁੱਦੇ ਬਹੁਤ ਆ ਪਰ ਇੱਕ ਐਵੇਂ ਬਿਨਾਂ ਮੁੱਲ ਤੋਂ ਚੰਗਿਆੜੀ ਇੱਕ ਮੈਂ ਪੋਸਟ ਵੀ ਪਾਈ ਸੀਗੀ ਵੀ ਹੁਣ ਅੱਗ ਲਾਉਣ ਵਾਸਤੇ ਤੀਲਾ ਵਾਲੀ ਡੱਬੀ ਲੋੜ ਦੀ ਮੂੰਹ 'ਚ 2 ਗੋਲ ਕੱਢ ਦਿਓ ਉਹ ਬਹੁਤ ਆ ਭੰਬੜ ਲਾਉਣ ਨੂੰ ਅਤੇ ਭੰਬੜ ਲਾਉਣ ਦਾ ਕੰਮ ਹੀ ਹੈ ਤੁਸੀਂ ਇੱਕ ਨਸ਼ੇ ਦੀ ਵੀ ਗੱਲ ਕੀਤੀ ਤਾਂ ਚਲੋ ਅਸੀਂ ਉਸ ਮੁੱਦੇ 'ਤੇ ਹਜੇ ਗੱਲ ਨਹੀਂ ਕਰ ਰਹੇ ਸੀ ਚਲੋ ਗੱਲ ਆ ਗਈ ਤਾਂ ਅੱਜ ਕੱਲ੍ਹ ਅਸੀਂ ਵੀ ਕਈ ਵਾਰੀ ਦੇਖਦੇ ਹਾਂ ਵੀ ਕਿਸੇ ਨੇ ਜੇ ਵਿਆਹ ਕਰਾਉਣਾ ਨਾ ਉਹ ਘਰ ਬਾਰ ਤਾਂ ਬਾਅਦ 'ਚੋਂ ਦੇਖਦੇ ਸਭ ਤੋਂ ਪਹਿਲੀ ਗੱਲ ਇਹ ਦੇਖਦੇ ਕਿ ਮੁੰਡਾ ਕਿੱਥੇ ਨਸ਼ਾ ਤਾਂ ਨਹੀਂ ਕਰਦਾ ਜ਼ਮੀਨ ਜਾਇਦਾਦ ਨੂੰ ਕੀ ਕਰੋਗੇ ਤੁਸੀਂ ਬੇਸ਼ੱਕ ਤੁਸੀਂ 20 ਕਿੱਲੇ ਲੱਭ ਲਓ ਬਹੁਤ ਸੋਹਣਾ ਕਾਰੋਬਾਰ ਲੱਭ ਲਓ ਅਤੇ ਜੇ ਮੁੰਡਾ ਨਸ਼ਾ ਕਰਦਾ ਹੋਇਆ ਤਾਂ ਉਹ ਬੇਮਾਨੇ ਆ 20 ਕਿੱਲੇ ਮੇਰੇ ਕੋਲ ਪੈ ਰਹੀ ਆ ਜਾਂ ਮੈਂ ਨੌਕਰੀ ਕਰਦਾ ਮੈਂ ਬਹੁਤ ਸੋਹਣੀ ਨੌਕਰੀ ਕਰਦਾ ਮੇਰੇ ਕੋਲ ਜਾਂ ਮੇਰਾ ਆਪਣਾ ਬਿਜ਼ਨਸ ਕਾਰੋਬਾਰ ਆ ਪਰ ਜੇ ਮੈਂ ਨਸ਼ਾ ਕਰਦਾ ਤਾਂ ਉਹ ਤਾਂ ਬੇਮਾਨਾ ਮਤਲਬ ਕਿ ਉਸ ਚੀਜ਼ ਦਾ ਰਹਿ ਜਾਂਦਾ ਜੋ ਧੀ ਨਹੀਂ ਆਪਣੀ ਸੁਖੀ ਰਹਿਣੀ ਤਾਂ ਜਿੰਨੇ ਆਪਣੀ ਧੀ ਦੇਣੀ ਆ ਉਹਨੇ ਚਲੋ ਠੀਕ ਹੈ ਪ੍ਰੋਪਰਟੀ ਹਰ ਕੋਈ ਬੰਦਾ ਮਿਲਦਾ ਪਰ ਅੱਜ ਤੋਂ ਸਭ ਤੋਂ ਪਹਿਲਾਂ ਬੰਦੇ ਦੇ ਇੱਕੋ ਸਵਾਲ ਹੁੰਦਾ ਅਗਲੇ ਵਿਚੋਲੇ ਨੂੰ ਜਾਂ ਅਗਲੇ ਪਰਿਵਾਰ ਨੂੰ ਵੀ ਮੁੰਡਾ ਕੋਈ ਨਸ਼ਾ ਤਾਂ ਨਹੀਂ ਕਰਦਾ ਮਤਲਬ ਐਡੀ ਵੱਡੀ ਇੱਕ ਅਲਾਮਤ ਆ ਇਹ ਕਿਉਂਕਿ ਨਸ਼ਾ ਪਤਾ ਵੀ ਨਸ਼ੇ ਦਾ ਆਪਾਂ ਨੂੰ ਪਤਾ ਹਰ ਕੋਈ ਗੱਲ ਦਾ ਪਤਾ ਵੀ ਇਹ ਨਸ਼ਾ ਇੱਕ ਮੌਤ ਆ ਅੱਜ ਵੀ ਮੌਤ ਤਾਂ ਵੈਸੇ ਵੀ ਆਉਣੀ ਆਉਣੀ ਪਰ ਇਹ ਹੱਥੀਂ ਖਰੀਦੀ ਹੋਈ ਮੌਤ ਆ ਹਰ ਇੱਕ ਨੂੰ ਪਤਾ ਇਹ ਗੱਲ ਦਾ ਪਰ ਫਿਰ ਵੀ ਪਤਾ ਕਿਉਂ ਪਾਸੇ ਤੁਰ ਪੈਂਦੇ ਆ ਅਤੇ ਇਹਨਾਂ ਚੀਜ਼ਾਂ ਨੂੰ ਸਰਕਾਰਾਂ ਅਜਿਹੇ ਪਾਸੇ ਜਿਹੜੀਆਂ ਧਿਆਨ ਦਿੰਦੀਆਂ ਨੇ ਕਿਉਂ ਨਹੀਂ ਦਿੰਦੀਆਂ ਐਂ ਨਹੀਂ ਲੱਗਦਾ ਅਸਲ ਦੇ ਵਿੱਚ ਪੰਜਾਬ ਦੇ ਮੁੱਦੇ ਡਾਇਵਰਟ ਕਰਨੇ ਨੇ ਬਾਬਾ ਜੀ ਨਸ਼ੇ ਮੈਂ ਫਿਰ ਨਸ਼ੇ ਦੇ ਇੱਕ ਮਿੰਟ ਵਾਸਤੇ ਆਉਣ ਲੱਗਾ ਇਹ ਇੱਕ ਤੁਸੀਂ ਆਪਾਂ ਇੱਦਾਂ ਸੋਚਦੇ ਹਾਂ ਵੀ ਜਿਹੜੀ ਖਸਖਸ ਦੀ ਖੇਤੀ ਆਪਾਂ ਗੱਲ ਸੁਣਦੇ ਹਾਂ ਕਹਿੰਦੇ ਹਾਂ ਪੋਸਤ ਆ ਪੋਸਤ ਖਾ ਉਹ ਬੰਦਾ ਪੋਸਤ ਖਾ ਕੇ ਜਿੰਨਾ ਮੈਂ ਖਾਧਾ ਨੇ ਸੁਣਿਆ ਵੀ ਪੋਸਤ ਖਾ ਕੇ ਬੰਦਾ ਜਿੰਨੇ ਬੰਦੇ ਨੇ ਕੰਮ ਕਰਨਾ ਉਹ ਡਬਲ ਡੇਢਾ ਕੰਮ ਕਰ ਜਾਂਦਾ ਬਿਲਕੁਲ ਸਹੀ ਅਤੇ ਇੱਕ ਬੰਦਾ ਜਿਹੜਾ ਸਿੰਥੈਟਿਕ ਨਸ਼ਾ ਕਰਦਾ ਜਾਂ ਗੋਲੀ ਖਾਂਦਾ ਜਾਂ ਚਿੱਟਾ ਚੁੱਟਾ ਜੋ ਕੁਛ ਵੀ ਹੈਗਾ ਉਹ ਬੰਦਾ ਵੈਸੇ ਮਰ ਜਾਂਦਾ ਉੱਠਣ ਚੁੱਕਾ ਨਹੀਂ ਰਹਿੰਦਾ ਫਿਰ ਸਰਕਾਰਾਂ ਕਿਉਂ ਨਹੀਂ ਚਾਹੁੰਦੀਆਂ ਵੀ ਆਪਾਂ ਖਸ ਕਰਕੇ ਜਿਹੜਾ ਪੋਸਤ ਦੀ ਖੇਤੀ ਕਰਾ ਦਿੱਤੀ ਜਾਵੇ ਘੱਟੋ ਘੱਟ ਜਵਾਨੀ ਮਰਨਾ ਤਾਂ ਬਾਜੂ ਹੁਣ ਜਾਂ ਤਾਂ ਇਹਦੇ ਪਿੱਛੇ ਦੋ ਗੱਲਾਂ ਵੀ ਜਿਹੜਾ ਪੋਸਤ ਇੱਕ ਦੋ ਨੰਬਰ 'ਚ ਆਉਂਦਾ ਉਹ ਵੱਡੇ ਲੋਕਾਂ ਦਾ ਹੁੰਦਾ ਜਿਹੜੀਆਂ ਗੱਡੀਆਂ ਆਉਂਦੀਆਂ ਉਹ ਲੀਡਰਾਂ ਦੀ ਹੁਣ ਮਾੜਾ ਪਤਾ ਕਿੱਥੋਂ ਲੈ ਕੇ ਆਜੂਗਾ ਉਹ ਗੱਡੀਆਂ ਡੀਲਰੋਂ ਫਿਰ ਉਹਨਾਂ ਦੀ ਹੋ ਸਕਦੀ ਹੈ ਉਹ ਨਹੀਂ ਚਾਹੁੰਦੇ ਵੀ ਸਾਡਾ ਧੰਦਾ ਬੰਦ ਹੋਵੇ ਪਰ ਪੈਸਾ ਨਾਲ ਨਹੀਂ ਜਾਣਾ ਇੱਥੇ ਨਹੀਂ ਪਰ ਆਰਾਮ ਸਵੇਰੇ ਰਾਤ ਸੁੱਤੇ ਆ ਸਵੇਰੇ ਉੱਠਣਾ ਅਤੇ ਦਮ ਦਾ ਨਹੀਂ ਭਰੋਸਾ ਆਦਮੀ ਕਹਿੰਦੇ ਆ ਦਮ ਆ ਗਿਆ ਤਾਂ ਬੰਦਾ ਨਹੀਂ ਖਤਮ ਪਰ ਆ ਗੱਲ ਬਣੀ ਸੁੱਤੇ ਸਵੇਰੇ ਉੱਠਣਾ ਕਿ ਨਹੀਂ ਉੱਠਣਾ ਪਤਾ ਨਹੀਂ ਗੱਲ ਦਾ ਪਰ ਤਵਾਂ ਨਹੀਂ ਮਰਦੀ ਤਵਾਂ ਨਹੀਂ ਬੰਦੇ ਦੀ ਖਤਮ ਹੁੰਦੀ ਜੇ ਤਵਾਂ ਖਤਮ ਹੋ ਗਈ ਪੈਸੇ ਪਿੱਛੇ ਦੌੜ ਜਿੰਨਾ ਪੈਸੇ ਪਿੱਛੇ ਆਪਾਂ ਦੌੜੇਗੇ ਪੈਸਾ ਅੱਗੇ ਉਹਦਾ ਭਜਾਉਂਦਾ ਬੰਦੇ ਨੂੰ ਪਿੱਛੇ ਬੰਦੇ ਨੂੰ ਪਿੱਛੇ ਭਜਾਈ ਜਾਂਦਾ ਬੰਦਾ ਉਹਨੂੰ ਭਜਾਈ ਜਾਂਦਾ ਉਹਦੇ ਪਿੱਛੇ ਜਦੋਂ ਤਵਾਂ ਖਤਮ ਹੋ ਗਈ ਉਦੋਂ ਬੰਦਾ ਖੜ੍ਹ ਜਾਂਦਾ ਅਤੇ ਜ਼ਿੰਦਗੀ ਜਿਉਂਦਾ ਨਜ਼ਾਰਾ ਆਨੰਦ ਵੀ ਉਦੋਂ ਹੀ ਆਉਂਦਾ ਬਾਬਾ ਜੀ ਜਦੋਂ ਆਪਣੀ ਪੈਸੇ ਤਵਾਂ ਖਤਮ ਹੋ ਗਈ ਇੰਨਾ ਕੁ ਪੈਸਾ ਹੋਵੇ ਬਸ ਰੋਟੀ ਪਾਣੀ ਚਲੀ ਜਾਵੇ ਮਤਲਬ ਜੇ ਬੰਦਾ ਲੱਖ ਕਮਾਉਂਦਾ ਅਤੇ 1000 ਕਮਾਉਂਦਾ ਬੰਦਾ ਕਹਿੰਦਾ ਲੱਖ ਕਮਾਵਾਂ ਲੱਖ ਕਮਾਉਂਦਾ ਕਹਿੰਦਾ ਕਰੋੜ ਕਮਾਵਾਂ ਕਰੋੜ ਕਮਾਉਂਦਾ ਤਾਂ ਅਰਬ ਕਮਾਵਾਂ
लालच नहीं मुकता कद जो तो बंदा चक्कर च पै जाता फिर निकलता नहीं चो हम जो मैं पेंशन है मैं बड़ा ध्यान लगता तू मुंडा खुंडा जंग है अजय काम खोल ला मैं मैनू ठेका आंदा बापू की पैली चो ठीक है मेरे दो बेटियां दो चल बार चले गई ठेका दूजी तैयार ठेका आंदा मेरी पैली चो 30-32 हज़ार पेंशन आँदी है सरकारों चार पैसे मिल गए से मेरे को तो मैं कद पैसे वास्ते करना ना मैं पैसे लौड़ नहीं जिन्ना मैं पैसा चाहिए उस तो मेरे को पैसा बहुत ज़्यादा जिन्ना जिन्हों को लौड़ है मैंने पैसे की वो मेरे को पैसा बहुत ज़्यादा परमात्मा ने देता है आराम ना सुते अपने बेटे अपनी सोहनी जिंदगी बिजली करते पे कद वास्ते भजे करना पर तमा फिर तुहाडे गल जे तमा जे लख 2 लख हो जाए 2 लख 10 लख हो जाए जो आप लखा करोड़ा चक्कर जहाँ पै गया ना फिर बंदे की नींद भी खत्म चैन भी खत्म सब कुछ खत्म हो जाएगा कला पैसा ही रहेगा शुक्रिया जी मेहरबान तो हम जिमें कि इन्हों गलबात करके हटे हाँ गलबात तो एक मुद्दे पर करन आए थे पर उस तो बाद होर भी काफ़ी गल्लां बातें हुई सो इसी अज की खबर वधेरी खबरों जुड़े हो डेली पोस्ट के नाल कैमरा परसन अमित खन्ना के नाल कुवरजोत सिंह की रिपोर्ट।